ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦਫ਼ਤਰ ਵਿਖੇ ਫਰਿਆਦ ਲੈ ਕੇ ਪੁੱਜੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਤੁਰੰਤ ਮੌਕੇ 'ਤੇ ਕੀਤਾ ਹੱਲ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਮੀਨੀ ਪੱਧਰ 'ਤੇ ਮੁੱਢਲੀ ਸਹਾਇਤਾ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਹੜ੍ਹ ਪੀੜਤਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਹਾਇਤਾ ਲਈ ਪਹੁੰਚ ਕੀਤੀ ਗਈ, ਜਿਨ੍ਹਾਂ ਦਾ ਡਿਪਟੀ ਕਮਿਸ਼ਨਰ ਰੂਪਨਗਰ ਰਾਸ਼ਟਰਪਤੀ ਯਾਦਵ ਵੱਲੋਂ ਖੁਦ ਫਰਿਆਦ ਸੁਣਦਿਆਂ ਮੌਕੇ ਉੱਤੇ ਹੀ ਉਹਨਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੂੰ ਮਰਿੰਡਾ ਬਲਾਕ ਦੇ ਪਿੰਡ ਕੰਜੋਲੀ ਅਤੇ ਸੰਗਤਪੁਰਾ ਸਮੇਤ ਕਈ ਪਿੰਡਾਂ ਤੋਂ ਆਏ ਵਿਅਕਤੀਆਂ ਨੇ ਖੜ੍ਹੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਦੱਸਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਨੇ SDM ਮਰਿੰਡਾ ਸ਼੍ਰੀ ਦੀਪਾਕਰ ਗਰਗ ਨੂੰ ਮੌਕੇ ਉੱਤੇ ਜਾ ਕੇ ਲੋਕਾਂ ਵੱਲੋਂ ਲਗਾਏ ਬੰਨ ਖਿਲਾਉਣ ਦੇ ਹੁਕਮ ਜਾਰੀ ਕੀਤੇ ਤਾਂ ਜੋ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋ ਸਕੇ। आप जाके आओ, मैं तुहानू नंबर भेज रही हूँ। मेरे को आए है कि बंदे ने बन ला के पानी रोकिया, ये सारे हूँ खुलवाना शुरू करो, आप किसी का नुकसान नहीं होने देना। हूँ पानी लंघता जाऊगा कितने इस थान से सुनना नहीं चाहिए। नंबर दो सर, 93 600 13 10 113 10 113 PDPO साहब फोन करेंगे या इतने ही रुक जाओ नाल पे, ठीक है? ये उन्होंने मौका ही नाल दी नाल कराओ, ये भी है कि कल आऊगा बंदा परसों आऊगा, कोई गल नहीं बात सरदार साहब, कोई नहीं कोई नहीं कोई कोई देख रहा था। हाँ जी दस ठीक है, कोई बात नहीं, परेशान ना हो, करा कुछ और मदद चाहिए थी आज की घड़ी, कितने रुके हो शाम के समान सा दुकान से कुछ कितने रैन का करावा तो कितने रुके हुए हो? कोई नहीं, कवर आओ ना, सारा कुछ करा देंगे, थोड़ी ना करते होंगे, आ जाओ अंदर, आ जाओ।